ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਹਾਂਜੀ, ਇਹ ਜਿਹੜਾ ਆਪਾਂ ਕਿਹੜੀ ਜਗ੍ਹਾ 'ਤੇ ਖੜ੍ਹੇ ਹਾਂ? ਗਵਰਨਮੈਂਟ ਹਾਇਰ ਸੈਕੰਡਰੀ ਸਕੂਲ GT ਰੋਡ ਗੁਜਰਾਂਵਾਲਾ ਜੀ। ਜਦੋਂ ਰਣਜੀਤ ਸਿੰਘ ਮਹਾਰਾਜਾ ਸੀ ਪੰਜਾਬ ਦਾ, ਹਾਂਜੀ, ਉਹਨੇ ਆਪਣੇ ਵਾਲਦੇ ਮੋਸਰਮ ਦੇ ਨਾਂ 'ਤੇ ਮਹਾਨ ਸਿੰਘ ਜ਼ਰਈ ਸਕੂਲ ਦੇ ਨਾਂ 'ਤੇ ਇਹਦੀ ਬੁਨਿਆਦ ਰੱਖੀ। ਅੱਛਾ, ਇਹ 1899 'ਚ ਗਾਲਬਨ ਮਸਲ ਨਹੀਂ, 1806 ਦੇ ਵਿੱਚ ਇਹਦੀ ਚਰਤ ਬਾਜ਼ਾਰ, ਉਰਦੂ ਬਾਜ਼ਾਰ ਜਿਹਨੂੰ ਕਹਿੰਦੇ ਹਾਂ, ਪੁਰਾਣੀ ਬਿਲਡਿੰਗ ਉੱਥੇ ਆਈ ਹੈ, ਵੀ ਮੌਜੂਦ ਹੈ ਗੁਜਰਾਂਵਾਲੇ 'ਚ, ਗੁਜਰਾਂਵਾਲੇ ਦੇ ਵਿੱਚ। ਅੱਛਾ ਜੀ। ਅਤੇ ਇਸ ਤੋਂ ਬਾਅਦ ਇਹ ਬਿਲਡਿੰਗ ਹਾਈ ਸਬ ਮਿਡਲ ਸਬ ਬਣਾਉਣ ਵਾਸਤੇ ਫਿਰ ਇੱਥੇ ਆਈ, ਫਿਰ ਇਹਨੂੰ ਹਾਈ ਸਕੂਲ ਦਾ ਦਰਜਾ ਮਿਲਿਆ। ਇਹ ਬਿਲਡਿੰਗ ਉਦੋਂ ਦੀ ਜੋ ਜ਼ਰਈ ਸਕੂਲ ਦਾ ਇਹਨੂੰ ਖਿਤਾਬ ਮਿਲਿਆ, ਹਾਈ ਸਕੂਲ ਜ਼ਰਈ, ਮਹਾਨ ਸਿੰਘ ਜ਼ਰਈ ਹਾਈ ਸਕੂਲ ਗੁਜਰਾਂਵਾਲਾ ਜਦੋਂ ਹਾਈ ਸਕੂਲ ਇਹ ਬਣਿਆ, ਅਤੇ ਰਣਜੀਤ ਸਿੰਘ ਨੇ ਆਪਣੇ ਵਾਲਦੇ ਮੁਸਲਮ ਦੇ ਨਾਮ, ਕਿਉਂਕਿ ਜ਼ਰਾਇਤ ਸੀ ਇਹ ਸੂਬਾ ਪੰਜਾਬ ਦਾ, ਜ਼ਰਾਇਤ ਨੂੰ ਫਿਰ ਇਸ ਵਾਸਤੇ ਗੌਰਮੈਂਟ 'ਤੇ ਉਦੋਂ ਜਦੋਂ ਪਾਕਿਸਤਾਨ ਬਣਿਆ ਉਦੋਂ ਆਇਆ, ਪਹਿਲਾਂ ਜਿਹੜਾ ਨਾਂ ਇਹਦਾ ਮਹਾਨ ਸਿੰਘ ਜ਼ਰਈ ਹਾਈ ਸਕੂਲ। ਉਸ ਤੋਂ ਬਾਅਦ 1857 ਦੀ ਜੰਗ ਆਜ਼ਾਦੀ ਤੋਂ ਬਾਅਦ ਜਦੋਂ ਅੰਗਰੇਜ਼ ਆਇਆ, ਅਤੇ ਇੱਥੇ ਸੀ DC ਇੱਕ ਬ੍ਰਾਂਡ ਰੱਥ ਜੀ, ਫਿਰ ਇਹ ਬ੍ਰਾਂਡ ਰੱਥ ਹਾਈ ਸਕੂਲ ਬਣਿਆ। ਅੱਛਾ, ਅੰਗਰੇਜ਼ਾਂ ਨੇ ਫਿਰ ਅੰਗਰੇਜ਼ਾਂ ਨੇ ਆਪਣੇ ਨਾਮ 'ਤੇ ਇਹਨੂੰ ਬਣਾਇਆ। ਉਹ ਸਿੱਖਾਂ ਦਾ ਸਕੂਲ ਫਿਰ ਖਤਮ ਹੋ ਗਿਆ, ਫਿਰ ਬ੍ਰਾਂਡ ਰੱਥ ਹਾਈ ਸਕੂਲ ਹੋਇਆ ਜੀ। ਜਦੋਂ ਪਾਕਿਸਤਾਨ ਬਣਿਆ ਤਾਂ ਇਹ ਗੌਰਮੈਂਟ ਹਾਈ ਸਕੂਲ ਗੁਜਰਾਂਵਾਲਾ। ਹਾਂਜੀ, 1993 ਦੇ ਵਿੱਚ ਇਹਨੂੰ ਅਪਗ੍ਰੇਡ ਕੀਤਾ ਗਿਆ ਹਾਇਰ ਸੈਕੰਡਰੀ ਸਕੂਲ ਜੀ। ਉਦੋਂ ਤੋਂ ਇਹ ਗੌਰਮੈਂਟ ਮਾਡਲ ਹਾਇਰ ਸੈਕੰਡਰੀ ਸਕੂਲ GT ਰੋਡ ਗੁਜਰਾਂਵਾਲਾ ਬਣਿਆ ਜੀ। ਅਤੇ ਹੁਣ ਤੱਕ ਇਹ ਕਾਇਮ ਹੈ, ਇੱਥੇ ਪ੍ਰਾਇਮਰੀ ਤੋਂ ਲੱਗ ਕੇ ਜੀ ਇੰਟਰ ਤੱਕ ਕਲਾਸਾਂ ਚੱਲਦੀਆਂ ਨੇ ਜੀ, ਮੈਡੀਕਲ, ਨਾਨ ਮੈਡੀਕਲ, ਕਾਮਰਸ, ICS ਅਤੇ FA ਜੀ, ਮੁਸਲਿਫ ਕਲਾਸਾਂ ਇੱਥੇ ਜਿਹੜੀ ਚੱਲਦੀਆਂ। ਮਾਸ਼ਾ ਅੱਲਾ, ਤਾਦਾਦ ਕਿਉਂਕਿ ਪਹਿਲੇ ਤੋਂ ਘੱਟ ਗਈ ਹੈ, ਅੱਜ ਤੋਂ 30-35 ਸਾਲ ਪਹਿਲਾਂ ਇਹਦੀ ਤਾਦਾਦ ਤਕਰੀਬਨ 6,000 ਦੇ ਲਗਭਗ ਸੀ, ਹੁਣ ਉਹ ਤਾਦਾਦ ਘੱਟਦੀ ਸਟੂਡੈਂਟਸ ਦੀ ਤਕਰੀਬਨ 3,000 ਦੇ ਲਗਭਗ ਆ ਗਈ। ਉਹਦੀ ਵਜ੍ਹਾ ਇਹ ਵੇਖ ਕੇ ਆਲੇ ਦੁਆਲੇ ਹਾਈ ਸਕੂਲ ਜਿਹੜੇ ਬਣ ਗਏ ਨੇ, ਕੁਛ ਮਹੱਲਿਆਂ ਦੇ ਵਿੱਚ ਹਰ ਗਲੀ 'ਚ ਪ੍ਰਾਈਵੇਟ ਸਕੂਲ ਖੁੱਲ੍ਹ ਗਿਆ, ਜਿਹਦੀ ਵਜ੍ਹਾ ਨਾਲ ਇਸ ਸਕੂਲ ਦੀ ਤਾਦਾਦ, ਅਤੇ ਇਹ ਬਿਲਡਿੰਗ 1806 ਦੀ ਬਣੀ ਹੋਈ ਹੈ, ਤਕਰੀਬਨ 1806 ਨਹੀਂ 1806 ਦੀ ਜਿਹੜੀ ਬਿਲਡਿੰਗ ਹੈ ਉਹ ਚਰਤ ਬਾਜ਼ਾਰ, ਉਰਦੂ ਬਾਜ਼ਾਰ ਜਿਹਨੂੰ ਅਸੀਂ ਕਹਿੰਦੇ ਹਾਂ, ਗੁਜਰਾਂਵਾਲੇ, ਉਹਦੇ ਵਿੱਚ ਜਨਾਬ ਫਾਇਰ ਬ੍ਰਿਗੇਡ ਜਿੱਥੇ ਪੁਰਾਣਾ ਹੁੰਦਾ ਸੀ, ਉਹਦੇ ਨਾਲ ਹੀ 1806 ਦੀ ਬਿਲਡਿੰਗ ਬਣਿਆ। ਉੱਥੇ ਪ੍ਰਾਇਮਰੀ ਹਿੱਸਾ ਸਾਡਾ, ਅੱਛਾ, ਪ੍ਰਾਇਮਰੀ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਦਾ ਪ੍ਰਾਇਮਰੀ ਹਿੱਸਾ ਉੱਥੇ ਹੁਣ ਵੀ ਮੌਜੂਦ ਹੈ। ਇਹ ਬਿਲਡਿੰਗ ਜਿਹੜੀ ਹੈ ਇਹ ਕਿਹੜੇ ਸਾਲ 'ਚ ਬਣੀ ਹੈ? ਸਾਡੀ ਇਹ 1837-38 ਦੇ ਲਗਭਗ ਤਕਰੀਬਨ, ਕੋਈ ਇਹ ਵੀ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ, ਮਹਾਰਾਜਾ ਜਦੋਂ ਆਈ ਹੋਇਆ ਸਕੂਲ ਉਦੋਂ ਇਹ ਬਿਲਡਿੰਗ ਮਾਰ ਦੇ ਵਜੋਂ, ਇਹ ਐਗਰੀਕਲਚਰ ਸਕੂਲ ਸੀ, ਐਗਰੀਕਲਚਰ। ਇਹ ਮੈਂ ਸੁਣਿਆ ਕਿ ਇਹ ਵਾਲਾ ਜਿਹੜਾ ਨਾ ਪੂਰੇ ਇੰਡੀਆ ਦਾ ਜਿਹੜਾ ਨਾ ਪਹਿਲਾ ਸਕੂਲ, ਮਾਡਰਨ ਸਕੂਲ ਹੈ। ਹਾਂਜੀ ਹਾਂਜੀ ਹਾਂਜੀ, ਇਹ ਪੂਰੇ ਬਰੇ ਸਗੀਰ ਦੇ ਵਿੱਚ ਜ਼ਰਈ ਹਾਈ ਸਕੂਲ ਸੀ, ਮਹਾਨ ਜ਼ਰਈ ਹਾਈ ਸੂਬਾ ਪੰਜਾਬ ਦੇ ਵਿੱਚ ਜ਼ਰਈ ਹਾਈ ਸਕੂਲ ਇਹ ਸੀ। ਇਹ ਸੀ, ਠੀਕ ਠੀਕ। ਅਤੇ ਮਾਸ਼ਾਅੱਲਾ ਜਦੋਂ ਇਹ ਪਾਕਿਸਤਾਨ ਬਣਿਆ ਗੌਰਮੈਂਟ ਹਾਈ ਸਕੂਲ ਗੁਜਰਾਂਵਾਲਾ ਜੀ, ਅਤੇ ਇੱਥੇ ਮਾਸ਼ਾਅੱਲਾ ਆਲੇ ਦੁਆਲੇ ਨੁਸ਼ਹਿਰਾ ਵਿਰਕਾਂ, ਪਾਂਡੋ, ਕਾਮੋਕੀ, ਅਲੀਪੁਰ ਚੱਠਾ, ਵਜ਼ੀਰਾਬਾਦ, ਕਿਉਂਕਿ ਗੁਜਰਾਂਵਾਲਾ ਦੇ ਵਿੱਚ ਇਹ ਇਕੱਲਾ ਸਕੂਲ ਸੀ, ਇੱਥੇ ਲੋਕ ਆਪਣੇ ਆਪਣੀਆਂ ਘੋੜੀਆਂ 'ਤੇ, ਜਿਹੜੇ ਜ਼ਿਮੀਂਦਾਰਾਂ ਦੇ ਬੱਚੇ ਸਨ ਉਹ ਘੋੜੀਆਂ 'ਤੇ ਆ ਕੇ ਇੱਥੇ ਤਾਲੀਮ ਹਾਸਲ ਕਰਦੇ ਸਨ, ਔਰ ਛੁੱਟੀ ਹੋਣ ਤੋਂ ਬਾਅਦ ਉਹਨਾਂ ਘੋੜੀਆਂ 'ਤੇ ਵਾਪਸ ਜਾਂਦੇ ਹਨ, ਕੋਈ ਕਨਵੇਂਸ ਵਗੈਰਾ ਨਹੀਂ ਸੀ ਹੁੰਦੀ, ਅਤੇ ਲੋਕਾਂ ਦਾ ਜ਼ਰੀਆ ਆਉਣ ਦਾ ਜਿਵੇਂ ਹੁਣ ਮੋਟਰਸਾਈਕਲਾਂ 'ਤੇ, ਸਾਈਕਲਾਂ 'ਤੇ, ਕਾਰਾਂ 'ਤੇ ਬੱਚੇ ਆਉਂਦੇ ਨੇ, ਉਦੋਂ ਬੱਚੇ ਘੋੜੀਆਂ 'ਤੇ ਬਹਿ ਕੇ ਆਉਂਦੇ ਹਨ ਅਤੇ ਤਾਲੀਮ ਹਾਸਲ ਕਰਦੇ ਹਨ। ਇਹ ਵਿਰਸਾ ਸਾਡਾ, ਇਹ ਵਿਰਸਾ ਸਾਡਾ ਗੌਰਮੈਂਟ ਹਾਇਰ ਸੈਕੰਡਰੀ। ਤੁਸੀਂ ਇਹਦਾ ਪ੍ਰੋਗਰਾਮ ਦੇਖੋ, ਹੁਣ ਤੁਹਾਨੂੰ ਹਾਲ ਵਿਖਾਉਂਦੇ ਹਾਂ ਮਾਸ਼ਾਅੱਲਾ ਇਹਦਾ ਜੀ, ਉਸ ਜ਼ਰੂਰਤ ਦੇ ਮੁਤਾਬਕ ਇਹ ਹਾਲ ਜੀ। ਤੁਹਾਡੇ ਨਾਲ ਤੁਹਾਡਾ ਵੀਰ ਅਸਮਨ ਨਵੀਪੁਰੀ ਹੈ ਜੀ, ਅਤੇ ਇਹ ਬਿਲਡਿੰਗ ਹੈ ਜੀ ਮਹਾਰਾਜਾ ਰਣਜੀਤ ਸਿੰਘ ਨੇ, ਇਹ ਸ਼ਹਿਰ ਹੈ ਜੀ ਗੁਜਰਾਂਵਾਲਾ, ਬੜੇ ਮਹਾਨ ਲੋਕਾਂ ਦਾ ਸ਼ਹਿਰ ਹੈ ਜੀ। ਅੱਛਾ, ਜੈ ਦਾ ਮੇਨ ਹਾਲ ਹੈ ਜੀ, ਉਸ ਵਕਤ ਦੇ ਮੁਤਾਬਕ, ਉਦੋਂ ਦੀ ਜ਼ਰੂਰਤ ਦੇ ਮੁਤਾਬਕ ਇਹ ਹਾਲ ਬਣੇ ਹੈ। ਇਹਦੀ ਉਚਾਈ ਤੋਂ ਹੋਰ ਵੀ ਉੱਚੀ, ਅੱਛਾ, ਇਹ ਥੱਲੇ ਮਗਰ ਇਹਨੂੰ ਛੱਤ ਲਾਈ, ਇਲਾਕਾ MPA ਨੇ ਆਪਣੇ ਗ੍ਰਾਂਟ ਦੇ ਨਾਲ ਇਹਦੀ ਛੱਤ ਬਦਲਵਾਈ, ਅੱਛੀ ਗ੍ਰੇਡ ਦੀ ਬਣ ਗਈ, ਇਹ ਆਪਣਾ ਫਿਲਿੰਗ ਵਗੈਰਾ ਕਰਾ ਕੇ, ਮਗਰ ਉਹਦੀ ਜ਼ਰੂਰੀ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਗੁਜਰਾਂਵਾਲਾ ਜੀ। ਅਤੇ ਇਹ ਹੈ ਸੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਫਾਦਰ ਦੇ ਨਾਂ 'ਤੇ ਉਹਨਾਂ ਨੇ ਬਣਾਇਆ ਸੀ ਸਕੂਲ, ਗੌਰਮੈਂਟ ਇਹ ਸਕੂਲ ਐਗਰੀਕਲਚਰ ਸਕੂਲ ਸੀ।
ਸਾਡੇ ਨਾਲ ਤੁਹਾਡਾ ਵੀਰ ਐਸ ਐਮ ਨਵੀਪੁਰੀ ਹੈ ਜੀ, ਪੇਜ ਪੰਜਾਬ ਪੰਜਾਬ, ਯੂਟਿਊਬ ਚੈਨਲ ਹੈ ਜੀ ਆਪਣਾ ਪੰਜਾਬ ਪੰਜਾਬ 1947, ਅਤੇ ਇਹ ਗੁਜਰਾਂਵਾਲਾ ਸ਼ਹਿਰ ਹੈ ਜੀ, ਅਤੇ ਉਹਦਾ ਇਸ ਸਕੂਲ ਦੀ ਪੁਰਾਣੀ ਬਿਲਡਿੰਗ ਹੈ ਵੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ, ਅਤੇ ਇਹ ਦੇਖੋ ਜੀ ਕਿਉਂ ਬਣਾ ਰਹੇ ਹੋ। ਇਹ ਗੁਜਰਾਂਵਾਲਾ ਸ਼ਹਿਰ ਹੈ ਜੀ, ਬੜੇ ਮਹਾਨ ਲੋਕਾਂ ਦਾ ਸ਼ਹਿਰ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦਾ ਸ਼ਹਿਰ, ਹਰੀ ਸਿੰਘ ਨਲਵਾ ਦਾ ਸ਼ਹਿਰ, ਅੰਮ੍ਰਿਤਾ ਪ੍ਰੀਤਮ ਜੀ ਦਾ ਸ਼ਹਿਰ, ਇਹ ਗੁਜਰਾਂਵਾਲਾ ਸ਼ਹਿਰ ਹੈ ਜੀ। ਅਤੇ ਇਹ ਬਿਲਡਿੰਗ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਜੀ। ਹਾਂਜੀ, ਉਹ ਵੀ ਇਹਦੇ ਵਿੱਚ ਹੀ ਹੈ। ਇਹ ਵੀ ਹਾਲ ਹੈ ਪੁਰਾਣਾ, ਜੀ ਜੀ ਜੀ। ਅੱਛਾ, ਪੁਰਾਣਾ ਬੋਰਡ ਸੀ। ਅੱਛਾ, ਇਥੇ ਉਹ ਸਿਰਫ ਅਸੀਂ ਵੀ ਆਈ ਪੀ ਲੋਕ ਜਿਹੜੇ ਆਉਂਦੇ ਨੇ, ਬਸ ਉਹਨਾਂ ਨੂੰ ਉਤਾਰਿਆ ਨਾਲ ਦੇਖ ਲਿਆ। ਇਹ ਰੁੱਖ ਨੇ ਜੀ ਪੁਰਾਣੇ, ਇਹ ਪਿੱਪਲ ਦਾ ਰੁੱਖ ਹੈ ਜੀ ਉਦੋਂ ਦਾ ਹੀ। ਇਹ ਟਾਹਲੀ ਹੈ ਜੀ, ਇਹ ਬੋਰਡ ਜੀ। ਅਸੀਂ ਇਹਨਾਂ ਨੂੰ ਕਿਹਾ ਸੀ ਕਿ ਇਸ ਗੇਟ ਵਿੱਚ ਕਰੋ, ਇਸ ਗੇਟ ਦੇ ਸਾਹਮਣੇ ਲਓ ਜੀ ਥੋੜ੍ਹਾ ਜਿਹਾ ਵੀਰਾਂ ਨੂੰ ਜੀ ਟੀ ਰੋਡ ਦਿਖਾਉਂਦੇ ਹਾਂ ਬਾਹਰੋਂ। ਗੁਜਰਾਂਵਾਲਾ ਜੀ, ਜੀ ਟੀ ਰੋਡ ਗੁਜਰਾਂਵਾਲਾ। ਜੀ ਆਪਣੇ ਵੀਰ ਐਸ ਐਮ ਨਵੀਪੁਰੀਏ ਨੂੰ ਇਜਾਜ਼ਤ ਦਿਓ ਜੀ, ਰੱਬ ਰਾਖਾ ਜੀ ਵੀਰ ਜੀ।